ਹੈਲੋ ਜੀ, ਸਲਾਮ ਆਦਾਬ, ਨਮਸਤੇ, ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਦੀ। ਮੇਰੇ ਵੱਲੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ, ਤੇ ਮੈਨੂੰ ਲੱਗਦਾ ਕਿ ਬਾਬਾ ਮੁਰਾਦ ਸ਼ਾਹ ਸਰਕਾਰ ਦਾ ਕਿੱਸਾ ਮੈਂ ਵੀ ਤੁਸੀਂ ਵੀ ਇਹ ਪਹਿਲੀ ਵਾਰੀ ਹੀ ਸੁਣਨ ਲੱਗੇ ਹੋ ਤੇ ਮੈਂ ਸ਼ੇਅਰ ਕਰਨ ਲੱਗਿਆ, ਕਿਉਂਕਿ ਇਸ ਕਿੱਸੇ ਨੂੰ ਬਾਈ ਸਰਦਾਰ ਅਲੀ ਨੇ ਨਕੋਦਰ ਮੇਲੇ ਦੇ ਵਿੱਚ ਆਪਣੀ ਜ਼ੁਬਾਨੀ ਸ਼ੇਅਰ ਕੀਤਾ। ਕਹਿੰਦੇ ਕਿ ਜਿਹੜੇ ਨਕੋਦਰ ਦਰਬਾਰ ਦੇ ਪਗੜੀ ਕਵਾਲ ਨੇ, ਕਰਾਮਤ ਅਲੀ ਕਵਾਲ, ਫਕੀਰ ਕਵਾਲ ਨੇ, ਕਹਿੰਦੇ ਕਿ ਉਹਨਾਂ ਦੇ ਜਿਹੜੇ ਪਿਤਾ ਜੀ ਹੁੰਦੇ ਸੀ ਉਹ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਦੇ ਟਾਈਮ ਦੇ ਵਿੱਚ ਉਸ ਦਰਬਾਰ ਦੇ ਉੱਤੇ ਕਵਾਲੀ ਕਰਨ ਜਾਂਦੇ ਹੁੰਦੇ ਸੀ। ਬਾਬਾ ਜੀ ਉਹਨਾਂ ਨੂੰ ਸੁਣਦੇ ਹੁੰਦੇ ਸੀ, ਸਰਕਾਰ ਉਹਨਾਂ ਨੂੰ ਸੁਣਦੇ ਹੁੰਦੇ ਸੀ। ਤਾਂ ਕਹਿੰਦੇ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜੇ ਵੀ ਉਸ ਫਕੀਰ ਕਵਾਲ ਦੇ ਬਾਜੇ ਦੇ ਉੱਤੇ ਪੈਸੇ ਇਕੱਠੇ ਹੋਣੇ, 2 ਰੁਪਈਏ, 3 ਰੁਪਈਏ, 5 ਰੁਪਈਏ, ਉਹਨਾਂ ਜ਼ਮਾਨਿਆਂ ਦੇ ਵਿੱਚ ਕਈ ਵਾਰੀ ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ ਨੇ ਉਹ ਬਾਜੇ ਤੋਂ ਪੈਸੇ ਚੱਕ ਲੈਣੇ, ਉਹਨਾਂ ਪੈਸਿਆਂ ਦੀ ਹੀ ਚਾਹ ਮੰਗਵਾ ਲੈਣੀ, ਜਿੰਨੇ ਵੀ ਆਏ ਹੁੰਦੇ ਸੀ ਉਹਨਾਂ ਨੂੰ ਚਾਹ ਪਿਲਾ ਦੇਣੀ। ਤਾਂ ਜਿਹੜੇ ਉਹ ਕਵਾਲ ਹੁੰਦੇ ਸੀ, ਕਰਾਮਤ ਅਲੀ ਫਕੀਰ ਕਵਾਲ ਦੇ ਜਿਹੜੇ ਪਿਤਾ ਜੀ ਹੁੰਦੇ ਸੀ, ਉਹ ਬਾਬਾ ਮੁਰਾਦ ਸ਼ਾਹ ਸਰਕਾਰ ਨੂੰ ਕਹਿੰਦੇ ਹੁੰਦੇ ਸੀ ਕਿ ਬਾਬਾ ਜੀ ਅਸੀਂ ਨਹੀਂ ਤੁਹਾਡੇ ਕੋਲ ਆਇਆ ਕਰਨਾ, ਕਿ ਤੁਸੀਂ ਤਾਂ ਸਾਡੇ ਪੈਸੇ ਵੀ ਚੱਕ ਲੈਂਦੇ ਹੋ, ਸਾਨੂੰ ਦੇਣਾ ਤਾਂ ਤੁਸੀਂ ਕੀ ਆ। ਤਾਂ ਕਹਿੰਦੇ ਬਾਬਾ ਮੁਰਾਦ ਸ਼ਾਹ ਸਰਕਾਰ ਉਹਨਾਂ ਨੂੰ ਉਸ ਟਾਈਮ ਤੇ ਕਹਿੰਦੇ ਹੁੰਦੇ ਸੀ ਕਿ ਓਏ, ਇੱਕ ਟਾਈਮ ਇੱਦਾਂ ਦਾ ਆਊਗਾ ਇੱਥੋਂ ਇੱਦਾਂ ਇਕੱਠੇ ਕਰ ਕਰਕੇ ਲੈ ਕੇ ਜਾਇਆ ਕਰੇਗਾ। ਤੇ ਅੱਜ ਉਹੀ ਟਾਈਮ ਆ, ਬਾਬਾ ਮੁਰਾਦ ਸ਼ਾਹ ਸਰਕਾਰ ਦੀਆਂ ਜਿਹੜੀਆਂ ਗੱਲਾਂ ਨੇ ਕਹਿੰਦੇ ਅੱਜ ਉਹੀ ਨੇ। ਇੱਥੇ ਜਿਹੜਾ ਵੀ ਕੋਈ ਕਲਾਕਾਰ ਆਉਂਦਾ, ਕਰਾਮਤ ਅਲੀ, ਫਕੀਰ ਕਵਾਲ, ਉਹ ਤਾਂ ਪਗੜੀ ਕਵਾਲ ਨੇ ਉਸ ਟਾਈਮ ਦੇ, ਉਹ ਤਾਂ ਹੂੰਝ ਕੇ ਲੈ ਕੇ ਜਾਂਦੇ ਨੇ। ਉਸ ਤੋਂ ਇਲਾਵਾ ਵੀ ਜਿਹੜਾ ਵੀ ਕੋਈ ਕਲਾਕਾਰ ਆਉਂਦਾ ਉਹ ਕਦੇ ਖਾਲੀ ਨਹੀਂ ਗਿਆ, ਉਹ ਆਪਣੀਆਂ ਝੋਲੀਆਂ ਭਰ ਕੇ ਹੀ ਲੈ ਕੇ ਗਿਆ। ਸੰਗਤ ਤਾਂ ਝੋਲੀਆਂ ਭਰ ਕੇ ਲੈ ਕੇ ਜਾਂਦੀ ਹੈ, ਪਰ ਕਲਾਕਾਰ ਵੀ ਨੋਟਾਂ ਨੂੰ ਇਹ ਇਕੱਠਾ ਕਰਕੇ ਲੈ ਕੇ ਜਾਂਦੇ ਨੇ। ਉਹ ਹਾਲਾਂਕਿ ਨੋਟਾਂ ਵਾਸਤੇ ਨਹੀਂ ਆਉਂਦੇ, ਉਹ ਸਿਰਫ ਇਸ ਵਾਸਤੇ ਆਉਂਦੇ ਨੇ ਕਿ ਸਾਈਂ ਜੀ ਦੇ ਦਰਬਾਰ 'ਤੇ ਹਾਜ਼ਰੀ ਲੱਗ ਜਾਵੇ। ਸੋ ਜੇ ਤੁਹਾਨੂੰ ਇਹ ਕਿੱਸਾ ਬਾਬਾ ਮੁਰਾਦ ਸ਼ਾਹ ਸਰਕਾਰ ਦਾ ਚੰਗਾ ਲੱਗਿਆ ਤਾਂ ਲਾਈਕ, ਕਮੈਂਟ ਅਤੇ ਸ਼ੇਅਰ ਕਰ ਦਿਓ ਜੀ। ਜੈ ਸਾਈਂ ਜੀ ਦੀ।